ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਅੱਜ ਜਿਹੜਾ ਪਿਛਲੇ ਦਿਨਾਂ ਤੋਂ ਮੁੱਦਾ ਚੱਲ ਰਿਹਾ ਉਸਦੇ ਸੰਬੰਧ ਦੇ ਵਿੱਚ ਅੱਜ ਫੇਰ ਇੱਕ ਪ੍ਰੋਗਰਾਮ ਕਰਨ ਜਾ ਰਹੇ ਹਾਂ। ਤੇ ਜੇ ਤੁਹਾਨੂੰ ਪਤਾ ਹੈ ਕਿ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਵੀ ਕਹਾਉਂਦੇ ਆ ਤੇ ਸਿੱਖਾਂ ਦੇ ਸਿਧਾਂਤਾਂ ਤੇ ਸਿੱਖ ਗੁਰੂਆਂ ਤੇ ਤਰਕਬਾਜ਼ੀ ਵੀ ਕਰਦੇ ਆ, ਉਹਦੇ ਸੰਬੰਧ ਦੇ ਵਿੱਚ ਜੋ ਇੰਗਲੈਂਡ ਤੋਂ ਹਰਿੰਦਰ ਸਿੰਘ ਨਿਰਵੈਰ ਖਾਲਸਾ ਵਾਲੇ, ਉਹਨਾਂ ਨੇ ਜੋ ਪਿਛਲੇ ਦਿਨੀ ਜੋ ਵੀ ਵਿਵਾਦਿਤ ਬਿਆਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਦਿੱਤਾ, ਤੇ ਉਹਦੇ ਸੰਬੰਧ ਚ ਸਾਨੂੰ ਹਰ ਰੋਜ਼ ਫੋਨ ਆਉਂਦੇ ਆ, ਤੇ ਉਹ ਕੱਲ ਅਸੀਂ ਉਹਨਾਂ ਨਾਲ ਅਰੇਂਜਮੈਂਟ ਕਰਕੇ, ਪ੍ਰੋਗਰਾਮ ਅਰੇਂਜਮੈਂਟ ਕਰਕੇ ਆਵਾਜ਼ੇ ਕੌਮ ਰਾਹੀਂ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਦੇ ਕਰਦੇ ਹਾਂ। ਤੇ ਅੱਜ ਵੀ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ ਭਾਈ ਗੁਰਚਰਨ ਸਿੰਘ ਜੀ, ਇੰਗਲੈਂਡ ਤੋਂ ਹੀ ਹਨ, ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਗੁਰਚਰਨ ਸਿੰਘ ਜੀ, ਜਿਹੜਾ ਵੈਸੇ ਤਾਂ ਬਹੁਤ ਸਮੇਂ ਤੋਂ ਜਿੱਦਾਂ ਮਤਲਬ ਜਿਹੜੇ ਪ੍ਰਚਾਰਕ ਆ ਗੁਰੂ ਦਾ ਹੀ ਖਾਂਦੇ ਆ, ਗੁਰੂ ਦੀ ਮਤਲਬ ਆਪਾਂ ਇਹ ਕਹਿ ਲਈਏ ਵੀ ਸਿੱਖਾਂ ਦੇ ਘਰੋਂ ਖਾ ਕੇ ਸਿੱਖਾਂ ਨੂੰ ਹੀ ਭੰਡਦੇ ਆ, ਸਿੱਖ ਇਤਿਹਾਸ ਨੂੰ ਹੀ ਭੰਡਦੇ ਆ, ਤੇ ਭੰਡਦੇ ਭੰਡਦੇ ਬਾਬਿਆਂ ਨੂੰ ਭੰਡਦੇ ਭੰਡਦੇ ਹੁਣ ਉਹ ਸੰਪਰਦਾਵਾਂ ਨੂੰ ਭੰਡਦੇ ਭੰਡਦੇ ਗੁਰੂਆਂ ਦੇ ਆ। ਪਹਿਲਾਂ ਦਸਮ ਗ੍ਰੰਥ ਦੀ ਬਾਣੀ ਨੂੰ ਵੀ ਉਹਨਾਂ ਨੇ ਬਹੁਤ ਕਿਹਾ, ਹਾਲਾਂਕਿ ਜਦੋਂ ਅੰਮ੍ਰਿਤ ਛਕਦੇ ਹਾਂ ਆਪਾਂ ਤਿੰਨ ਜਿਹੜੀਆਂ ਬਾਣੀਆਂ ਜਾਪ ਸਾਹਿਬ, ਚੌਪਈ ਸਾਹਿਬ ਅਤੇ ਅੰਮ੍ਰਿਤ ਸਵਈਏ, ਉਹ ਬਾਣੀ ਜਿਹੜੀ ਆ ਦਸਮ ਗ੍ਰੰਥ ਚੋਂ ਹੀ ਆ। ਉਹ ਉਦੋਂ ਜਿਹੜੇ ਲੋਕ ਸੁਚੇਤ ਸੀ ਜੇ ਉਦੋਂ ਗੱਲ ਕਹਿੰਦੇ ਸੀ ਤੇ ਲੋਕਾਂ ਦੇ ਥੋੜੀ ਜਿੱਦਾਂ ਸਮਝ ਤੋਂ ਬਾਹਰ ਜਾਂਦੀ ਸੀ ਵੀ ਸ਼ਾਇਦ ਗੁਰੂ ਦੀ ਗੱਲ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਵੱਖਰੇ ਜਾ ਰਹੇ ਹਾਂ। ਪਰ ਹੁਣ ਜਦੋਂ ਸਿੱਖ ਕੌਮ ਦੇ ਰਹਿਬਰ, ਸਿੱਖ ਮਤਲਬ ਆਪਾਂ ਕਹੀਏ ਸਿੱਖ ਕੌਮ ਨੂੰ, ਸਿੱਖ ਧਰਮ ਨੂੰ ਜਿਹਨਾਂ ਦੀ ਸ਼ੁਰੂਆਤ ਕੀਤੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹਨਾਂ ਦੇ ਕਿੰਤੂ ਪਰੰਤੂ ਕਰਤਾ ਜਿਹੜੇ ਬੋਲ ਆ ਸਾਡੀ ਜ਼ਬਾਨ ਤੋਂ ਅਸੀਂ ਕਹਿਣਾ ਵੀ ਨਹੀਂ ਚਾਹੁੰਦੇ, ਤੁਸੀਂ ਸਾਰਿਆਂ ਨੇ ਸੁਣੇ ਹੀ ਆ, ਕੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਸੰਬੰਧ ਚ? ਸਭ ਤੋਂ ਪਹਿਲਾਂ ਤਾਂ ਵਾਜੇ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਭਾਈ ਸਾਹਿਬ ਜੀ, ਮੈਂ ਮੇਰੇ ਜੋ ਵਿਚਾਰ ਹੈਗੇ ਨੇ ਕਿ ਇੱਕ ਬੜੀ ਮੰਦਭਾਗੀ ਘਟਨਾ ਹੈਗੀ ਆ ਸਿੱਖਾਂ ਦੇ ਵਿੱਚ, ਤੇ ਜੋ ਕਿ ਇਹ ਇਹ ਆਪਣਾ ਹਰਵਿੰਦਰ ਸਿੰਘ ਜਿਹੜੇ ਨੇ ਆਪਣਾ ਇੱਥੇ ਦੇ ਕੰਟਰੀ ਦੇ ਨੌਜਵਾਨ ਨੇ ਜਿਹੜੇ ਕਿ ਬਹੁਤ ਪ੍ਰਚਾਰ ਕਰਦੇ ਨੇ, ਲੋਕ ਇਹਨਾਂ ਨੂੰ ਸੁਣਦੇ ਵੀ ਨੇ, ਪਰ ਕੁਛ ਨਾ ਕੁਛ ਕਿ ਇਹਨਾਂ ਨੇ ਜਿਹੜਾ ਪਿਛਲੇ ਦਿਨ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਟਿੱਪਣੀ ਕੀਤੀ ਆ ਉਹ ਬੜੀ ਹੀ ਨਿੰਦਣ ਯੋਗ ਹੈ। ਕਿਉਂਕਿ ਦੇਖੋ, ਜਿੰਨੇ ਚਿਕਰ ਸੰਵਿਧਾਨ ਨੂੰ ਅਸੀਂ ਪੜ੍ਹਦੇ ਨਹੀਂ, ਇਤਿਹਾਸ ਨੂੰ ਪੂਰਾ ਪੜ੍ਹਦੇ ਨਹੀਂ, ਤੇ ਅਸੀਂ ਇਤਿਹਾਸ ਨੂੰ ਭੋਗਣਾ ਪੈਣਾ ਆ ਕਿ ਇਤਿਹਾਸ ਕਹਿੰਦਾ ਕੀ ਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਭੀਮਿਆਂ ਚੋਰ ਵਰਗੇ, ਸੱਜਣ ਠੱਗ ਵਰਗੇ, ਤੇ ਚਾਰ ਉਦਾਸੀਆਂ ਕੀਤੀਆਂ ਨੇ, ਮੱਕੇ ਮਦੀਨੇ ਗਏ ਨੇ, ਹੋਰ ਜਗ੍ਹਾ ਤੇ ਜਾਏ ਨੇ, ਤੇ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਭੇਡੂ ਬਣਾਇਆ ਬੰਗਾਲ ਦੇ ਵਿੱਚ, ਉੱਥੋਂ ਉਹਨਾਂ ਨੂੰ ਪ੍ਰਗਟ ਕੀਤਾ। ਕਹਿਣ ਤੋਂ ਭਾਵ ਇਹ ਹੈ ਕਿ ਪਹਿਲਾਂ ਸਾਨੂੰ ਇਤਿਹਾਸ ਨੂੰ ਪੜ੍ਹਨਾ ਪਏਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹਨਾਂ ਨੇ ਕੀ ਕਿਡਨੈਪ ਕਰ ਲਿਆ, ਕਿ ਜਿਹੜੀ ਚਾਦਰ ਸੀਗੀ, ਕਿਉਂਕਿ ਪਹਿਲੀ ਗੱਲ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਾਲ ਰੂਪ ਆਪ ਸੀਗੇ, ਉਸ ਜਿੱਦਾਂ ਕਿ ਉਹਨਾਂ ਨੇ ਸਭੇ ਸਾਂਝੀ ਵਾਸ ਨੇ ਕੋਈ ਨਾ ਦਿਸੇ ਬਾਰਾ ਜੀ ਉਹਦਾ ਪ੍ਰਚਾਰ ਕੀਤਾ, ਸਾਰਿਆਂ ਨੂੰ ਏਕਤਾ ਦੇ ਨਾਲ ਜੋੜਿਆ, ਉਹ ਇਹਨਾਂ ਕੋਈ ਵੱਡੀ ਗੱਲ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਦਰ ਬੰਨਿਆ ਨਾ ਕਾਲਪੁਰਖ ਨੂੰ, ਕਾਲਪੁਰਖ ਆਪ ਚਲੇ ਗਏ, ਉੱਥੇ ਚਾਦਰ ਰਹਿ ਗਈ, ਚਾਦਰ ਉਹਨਾਂ ਨੇ ਕਿਸੇ ਧਰਮ ਨੂੰ ਦੁਬਿਧਾ ਦੇ ਵਿੱਚ ਨਹੀਂ ਪਾਇਆ, ਉਹਨਾਂ ਨੇ ਸਭੇ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ, ਪਰ ਇਹਨਾਂ ਨੇ ਜਿਹੜੀ ਗੱਲ ਕੀਤੀ ਉਹਨਾਂ ਨੂੰ ਕਿਡਨੈਪ ਕੀਤਾ ਗਿਆ। ਜਦਕਿ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਸਮੇਂ ਜਦੋਂ ਜੋਤੀ ਜੋਤ ਸਮਾਏ ਨੇ, ਉਹਨਾਂ ਨੂੰ 18-19 ਸਾਲ ਹੋ ਚੁੱਕੇ ਸੀਗੇ ਗੁਰੂ ਗੱਦੀ ਤੋਂ, ਭਾਈ ਲਹਿਣਾ ਜੀ ਨੂੰ ਗੱਦੀ ਦਿੱਤੇ ਨੂੰ,
ਹਾਂਜੀ, ਪਰ ਜਿਹੜੇ ਆਪਾਂ ਗੱਲ ਕਰਦੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਮਤਲਬ ਸਾਹਿਬ ਜਿਹੜਾ ਹੁਣੇ ਲਾਂਘਾ ਖੁੱਲਾ ਵੀ ਆ, ਲੋਕਾਂ ਨੂੰ ਉੱਥੇ ਜਾ ਕੇ ਵੀ ਆਪਣੇ ਮਤਲਬ ਜਿਹੜੇ ਅਕੀਦਤ ਦੇ ਫੁੱਲ ਜਿੱਦਾਂ ਅਰਪਣ ਕੀਤੇ ਆ ਆਪਣੇ ਸ਼ਰਧਾਂਜਲੀ ਗੁਰੂ ਮਹਾਰਾਜ ਨੂੰ, ਜਾਂ ਖੁਸ਼ੀਆਂ ਵੀ ਮਨਾਈਆਂ ਜੋ ਵੀ ਹੋਇਆ, ਇਹ ਜਦੋਂ ਇਹਨਾਂ ਨੇ ਮਤਲਬ ਦੇਖਿਆ ਵੀ ਹੁਣ ਜਿਹੜਾ ਸਿੱਖ ਕੌਮ ਦੇ ਵਿੱਚ ਇਹ ਜਿਹੜੀ ਗੱਲ ਮੈਂ ਗਲਤ ਕਹਿ ਬੈਠਾ, ਤੇ ਉਦੋਂ ਬਾਅਦ ਜਿਹੜਾ ਉਹਨਾਂ ਦਾ ਇੱਕ ਸਪਸ਼ਟੀਕਰਨ ਵੀ ਆਉਂਦਾ ਸੋਸ਼ਲ ਮੀਡੀਆ ਤੇ, ਜੇ ਤੁਸੀਂ ਪਤਾ ਨਹੀਂ ਸੁਣਿਆ ਜਾਂ ਨਹੀਂ ਸੁਣਿਆ, ਉਹਦੇ ਵਿੱਚ ਵੀ ਇਹ ਕਹਿ ਰਿਹਾ ਕਿ ਜੇ ਮੈਂ ਤਾਂ ਮੇਰੇ ਆਪਣੇ ਵਿਚਾਰ ਆ, ਮੇਰੇ ਤੋਂ ਕਹਿ ਹੋ ਗਿਆ, ਉਹਦੇ ਵਿੱਚ ਵੀ ਜਿੱਦਾਂ ਇਹ ਨਹੀਂ ਉਹ ਅਨੁਭਵ ਕਰ ਰਿਹਾ, ਇਹ ਨਹੀਂ ਕਹਿ ਰਿਹਾ ਕਿ ਮੈਂ ਮਾਫੀ ਮੰਗਦਾ ਮੇਰੇ ਤੋਂ ਗਲਤੀ ਹੋ ਗਈ ਆ ਵੀ ਮੈਨੂੰ, ਉਹ ਉਲਟਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਸਵਾਲ ਕਰ ਰਿਹਾ ਜੀ, ਹੁਣ ਜੇ ਮੈਨੂੰ ਨਹੀਂ ਪਤਾ ਤੇ ਤੁਸੀਂ ਦੱਸ ਦਿਓ ਵੀ ਕਿਹੜਾ ਬੰਦਾ ਜਿਹੜਾ ਸਿੱਖ ਕੌਮ ਦਾ ਸਿੱਖ ਧਰਮ ਨਾਲ ਸੰਬੰਧਿਤ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਕਿੱਦਾਂ ਹੋਇਆ, ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਕਿੱਦਾਂ ਹੋਇਆ, ਛੇਵੇਂ ਪਾਤਸ਼ਾਹ ਦਾ ਕਿੱਦਾਂ ਹੋਇਆ, ਜਿੰਨੇ ਵੀ ਗੁਰੂ ਮਹਾਰਾਜ ਹੋਏ ਆ, ਜਾਂ ਉਸ ਤੋਂ ਬਾਅਦ ਜਿਹੜੇ ਮਤਲਬ ਸਿੱਖ ਕੌਮ ਦੇ ਸਾਧੂ ਸੰਤ ਵੀ ਹੋਏ, ਹਰ 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 ਬਾਰੇ ਪਤਾ ਹੈ। ਇਹ ਗੱਲ ਕਿਉਂ ਛੇੜੀ ਗਈ, ਕੀ ਲੋੜ ਪੈ ਗਈ ਸੀ ਇਹਦੀ ਇਹ ਕਰਨ ਦੀ ਵੀ ਇਸ ਮੌਕੇ ਤੇ ਇਹ ਛੇੜਨੀ, ਜਦੋਂ ਕਿ ਪੂਰੀ ਦੁਨੀਆ 550 ਸਾਲਾਂ ਗੁਰੂ ਮਹਾਰਾਜ ਦਾ ਮਨਾ ਕੇ ਬੜੀਆਂ ਖੁਸ਼ੀਆਂ ਮਨਾ ਰਹੀ। ਦੇਖੋ ਜੀ, ਮੈਂ ਜੋ ਮੈਂ ਸਮਝਦਾ ਹਾਂ ਕਿ ਇਹ ਜਿੱਥੋਂ ਤੱਕ ਕਿ ਮੇਰਾ ਆਪਣਾ ਵਿਊ ਹੈਗੇ ਨੇ ਕਿ ਕਿਸੇ ਦੇ ਵੀ ਹੋ ਸਕਦੇ ਨੇ, ਕਿ ਹੋ ਸਕਦਾ ਹੈ ਕਿ ਜਿਹੜੇ ਪਿੱਛੇ ਕੁਛ ਲੋਕ ਨੇ ਇਹਨਾਂ ਦਾ ਕਰਦੇ ਹੋਣ, ਇਹਨਾਂ ਨੂੰ ਹੱਥ ਕਰਦੇ ਹੋਣ ਵੀ ਤੁਸੀਂ ਏਦਾਂ ਬੋਲੋ, ਹੋ ਸਕਦਾ ਹੈ ਕਿ ਇਹ ਅਣਜਾਣੇ ਚ ਇਹਨਾਂ ਨੇ, ਜੇਕਰ ਗੱਲ ਅਣਜਾਣੇ ਚ ਕੀਤੀ ਆ ਤੇ ਫਿਰ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਇਹਨਾਂ ਨੂੰ ਸਵਾਲ ਕਰਨਾ ਨਹੀਂ ਸੀ ਬਣਦਾ ਕਿ ਤੁਸੀਂ ਦੱਸੋ ਕਿ ਕੀ ਆ ਇਹ, ਜਾਂ ਕਿਸੇ ਇਤਿਹਾਸਕਾਰ ਦੇ ਕੋਲ ਇਹਦੇ ਇਤਿਹਾਸ ਬਾਰੇ ਪੁੱਛਦੇ ਜਾਂ ਪੜ੍ਹਦੇ ਜਾਂ ਵਿਚਾਰਦੇ। ਇਹ ਬੜੀ ਵੱਡੀ ਮੰਦਭਾਗੀ ਆ ਕਿ ਅਸੀਂ ਗੱਲ ਨੂੰ ਗਲਤ ਕਰਕੇ ਤੇ ਅਸੀਂ ਬੜੀ ਜਲਦੀ ਮਾਫ਼ੀ ਮੰਗ ਲੈਣੇ, ਜਿਹਦੇ ਵਿੱਚ ਸਾਡੀ ਸਿੱਖ ਕੌਮ ਇੱਕ ਵੇਸਲਾ ਪਾਉਣਾ ਕਿ ਠੀਕ ਹੈ ਜੀ ਉਹਨੇ ਮਾਫ਼ੀ ਮੰਗ ਲਈ ਆ, ਪਰ ਇਹਦੇ ਵਿੱਚ ਪਿੱਛੇ ਮੇਨ ਮਕਸਦ ਕੀ ਹੈ ਇਹਦੇ ਤੇ ਅਸੀਂ ਵਿਚਾਰ ਨਹੀਂ ਕਰਦੇ ਹੈਗੇ, ਕਿ ਸਾਨੂੰ ਇਹਦੇ ਤੇ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਕਿ ਗਲਤੀ ਕਰਕੇ ਮਾਫ਼ੀ ਮੰਗ ਲੈਣੇ। ਇੱਕ ਹੁੰਦੀ ਹੈ ਗਲਤੀ ਜਾਣੇ ਅਣਜਾਣੇ ਵਿੱਚ ਤੇ ਇੱਕ ਹੁੰਦੀ ਹੈ ਗਲਤੀ ਜਾਣ ਬੁੱਝ ਕੇ ਕਰਨਾ। ਗਲਤੀ ਇਹਦੇ ਵਿੱਚ ਵੀ ਦੋ ਗਲਤੀਆਂ ਨੇ, ਇੱਕ ਜਾਣ ਬੁੱਝ ਕੇ ਜਿਹੜੀ ਇਹਨਾਂ ਨੇ ਗੱਲ ਕੀਤੀ ਆ, ਤੈਨੂੰ ਇਹਨੂੰ ਅਣਜਾਣਪੁਣੇ ਜੇ ਸਮਝਦੇ ਆ ਜਾਂ ਕਿ ਜਾਣ ਬੁੱਝ ਕੇ ਕੀਤੀ ਗਲਤੀ ਸਮਝਦੇ। ਜਿੱਥੋਂ ਤੱਕ ਜਿਹੜਾ ਉਹਦਾ ਸਵਾਲ ਹੈਗਾ ਕਿ ਜੇ ਤੇ ਉਹਨੇ ਅਣਜਾਣੇ ਚ ਕੀਤੀ ਹੁੰਦੀ ਤੇ ਜਿਵੇਂ ਉਹ ਅਕਾਲ ਤਖ਼ਤ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਉੱਥੇ ਮਾਫ਼ੀ ਮੰਗ ਲੈਣਾ, ਠੀਕ ਆ ਜੀ ਮੇਰੇ ਤੋਂ ਅਣਜਾਣੇ ਚ ਗਲਤੀ ਹੋ ਗਈ ਆ। ਦੂਸਰਾ ਸਵਾਲ ਇਹ ਉੱਠਦਾ ਕਿ ਅੱਗੂ ਸਵਾਲ ਕਰਨੇ, ਇਹਦੇ ਵਿੱਚ ਜਾਣੇ ਤੇ ਅਣਜਾਣੇ ਵਿੱਚ ਗਲਤੀ ਨਹੀਂ ਲੱਗਦੀ, ਇਹ ਲੱਗਦਾ ਕਿ ਜਿਵੇਂ ਹੋ ਸਕਦਾ ਕਿ ਉਹਨੇ ਜਾਣ ਬੁੱਝ ਕੇ ਕੀਤੀ ਹੈ ਜਾਂ ਅਣਜਾਣੇ ਚ ਕੀਤੀ ਹੈ, ਇਹ ਤੇ ਉਹੀ ਦੱਸ ਸਕਦਾ। ਪਰ ਜਿੱਦਾਂ ਆਪਾਂ ਅਨੁਭਵ ਕੀ ਕਰਦੇ ਹਾਂ, ਜੇ ਹੁਣ ਆਪਾਂ ਬਾਹਰ ਬੈਠੇ ਅੰਦਾਜ਼ਾ ਤਾਂ ਲਾ ਹੀ ਸਕਦੇ ਹਾਂ ਵੀ ਜੇ ਅਣਜਾਣਪੁਣੇ ਚ ਕੀਤੀ ਗਲਤੀ ਦਾ, ਜਿੱਦਾਂ ਤੁਸੀਂ ਆਪ ਹੀ ਕਹਿ ਰਹੇ ਹਾਂ ਕਿ ਉਹਨਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਸੀ। ਵੈਸੇ ਵੀ ਆਪਾਂ ਜਦੋਂ ਗੁਰੂ ਘਰ ਜਾਂਦੇ ਹਾਂ, ਕੋਈ ਗੱਲ ਹੁੰਦੀ ਆ, ਆਪਾਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਜਾਣੇ ਅਣਜਾਣੇ ਵੀ ਕੋਈ ਗਲਤੀ ਹੋ ਗਈ ਹੈ ਤਾਂ ਮਾਫ਼ ਕਰ ਦੇਣਾ, ਅੱਗੇ ਤੋਂ ਸਮਤ ਬਖਸ਼ਣੀ। ਹਾਂਜੀ 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 ਬਿਲਕੁਲ ਬਿਲਕੁਲ ਭਾਈ ਸਿੰਘ ਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਸਾਨੂੰ ਅਸੀਂ ਜੇਕਰ ਗਲਤੀ ਕਰ ਲੈਂਦੇ ਹਾਂ ਤਾਂ ਅਸੀਂ ਗੁਰੂ ਮਹਾਰਾਜ ਦਾ ਅੱਗੇ ਸਤਿਕਾਰ ਵਜੋਂ ਅਰਦਾਸ ਬੇਨਤੀ ਕਰਦੇ ਹਾਂ ਕਿ ਮਹਾਰਾਜ ਜੀ ਸਾਡੇ ਕੋਲ ਜਾਣੇ ਅਣਜਾਣੇ ਚ ਗਲਤੀ ਹੋ ਗਈ ਹੈ ਵੀ ਸਾਨੂੰ ਮਾਫ਼ ਕਰਨਾ, ਨਾ ਕਿ ਅਸੀਂ ਗੁਰੂ ਸਾਹਿਬ ਅੱਗੇ ਸਵਾਲ ਕਰਦੇ ਹਾਂ ਕਿ ਗਲਤੀ ਸਾਡੇ ਕੋਲ ਹੋਈ ਕਿੱਦਾਂ। ਤੇ ਦੂਸਰਾ ਜਿੱਦਾਂ ਤੁਸੀਂ ਇੰਗਲੈਂਡ ਚ ਰਹਿੰਦੇ ਆ, ਤੁਸੀਂ ਕਦੇ ਇਹਨਾਂ ਦਾ ਪ੍ਰੋਗਰਾਮ ਜਾਂ ਇਹਨਾਂ ਨੂੰ ਮਿਲੇ, ਜਾਂ ਤੁਹਾਨੂੰ ਪਤਾ ਵੀ ਕਿੰਨੀ ਕੁ ਵਿਦਵਤਾ ਰੱਖਦੇ ਆ, ਕਿੰਨਾ ਕਿਹਨਾਂ ਨੂੰ ਇਤਿਹਾਸ ਦਾ ਪਤਾ ਆ, ਜਾਂ ਕਿਹੋ ਜਿਹੀ ਇਹਨਾਂ ਨੂੰ ਮਿਲੇ ਤੁਸੀਂ ਕਦੇ ਜਾਂ ਨਹੀਂ? ਨਹੀਂ ਭਾਈ ਰਘਵੀਰ ਸਿੰਘ ਜੀ, ਮੇਰਾ ਇਹਨਾਂ ਨਾਲ ਕਦੀ ਵੀ ਮਤਲਬ ਕਿ ਮਿਲਾਪ ਨਹੀਂ ਹੋਇਆ ਤੇ ਨਾ ਹੀ ਮੈਂ ਕਦੀ ਇਹਨਾਂ ਨੂੰ ਮਿਲਿਆ ਆ। ਪਿੱਛੇ ਜੇ ਜਿਵੇਂ ਕਿ ਅਫਵਾਹਾਂ ਉੱਡ ਰਹੀਆਂ ਸੀ, ਪਿੱਛੇ ਜੇ ਇੱਕ ਮੁੱਦਾ ਵਿਵਾਦਿਤ ਬਣਿਆ ਹੋਇਆ ਸੀ, ਪਰ ਮੈਨੂੰ ਉਹਦੇ ਬਾਰੇ ਇੰਨਾ ਪਤਾ ਨਹੀਂ ਹੈਗਾ ਉਸ ਮੁੱਦੇ ਬਾਰੇ, ਵੀ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਚੱਲਿਆ ਆ
ਉਹਦੇ 'ਚ ਟ੍ਰਾਇਲ ਹੋਇਆ, ਮੇਰੇ ਖਿਆਲ ਕੁਛ ਹੋਇਆ, ਤੇ ਉਹਦੇ 'ਤੇ ਵੀ ਇਹਨਾਂ ਨੇ ਮਤਲਬ ਕਿ ਕੁਛ ਨਹੀਂ ਮਿਲਿਆ ਹੈਗਾ ਕਿ ਲੋਕਾਂ ਨੇ ਜਾਂ ਤੇ ਗੱਲ ਨੂੰ ਅਣਗੋਲ ਕਰਤਾ ਜਾਂ ਇਸ ਗੱਲ ਨੂੰ ਮੁੱਦੇ ਨੂੰ ਚੱਕਿਆ ਨਹੀਂ ਗਿਆ। ਕੁਛ ਪਾਰਟੀਆਂ ਨੇ ਇਹਨਾਂ ਦੀ ਸਪੋਰਟ ਕਰਤੀ, ਕੁਛ ਹੱਕ 'ਚ ਹੋ ਗਏ, ਕੁਛ ਅਣਹੱਕ 'ਚ ਹੋ ਗਏ। ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਜੇਕਰ ਜਿੱਥੇ ਵੀ ਗਲਤੀ ਹੁੰਦੀ ਹੈ, ਜੇਕਰ ਸਾਡੇ ਸਿੱਖ ਕੌਮ ਦੇ ਕੁਛ ਲੀਡਰ ਸਥਿਰਤ ਹੋਣ ਤੇ ਉਸ ਗੱਲ ਨੂੰ ਉੱਥੇ ਹੀ ਰੋਕਿਆ ਜਾ ਸਕਦਾ ਸੀਗਾ, ਪਰ ਕੁਛ ਸਾਡੀਆਂ ਕਮੀਆਂ ਕਰਕੇ ਜਿਹੜਾ ਕਿ ਉਹ ਅੱਜ ਜੋ ਵੀ ਹੋ ਰਿਹਾ ਆ ਇੱਕ ਵਿਵਾਦਿਕ ਹੋ ਰਿਹਾ ਆ ਕਿ ਅਸੀਂ ਹੋ ਤੇ ਸਾਡੇ ਧਰਮ ਦੇ ਉੱਤੇ ਅਟੈਕ ਰਿਹਾ, ਪਰ ਅਸੀਂ ਉਹਨਾਂ ਨੂੰ ਧੜਿਆਂ 'ਚ ਤੇ ਜਥੀਆਂ ਬੰਨੀਆਂ 'ਚ ਵੰਡ ਦਿੱਤਾ ਗਿਆ। ਜੇਕਰ ਕੋਈ ਗੱਲ ਹੁੰਦੀ ਹੈ ਤੇ ਕਹਿੰਦੇ ਨੇ ਜੀ ਇਹ ਟਕਸਾਲ ਵਾਲਿਆਂ ਨੇ ਕੀਤਾ, ਜੇਕਰ ਦੂਸਰੀ ਗੱਲ ਹੁੰਦੀ ਹੈ ਤੇ ਕਹਿੰਦੇ ਜੀ ਇਹ ਮਿਸ਼ਨਰੀਆਂ ਨੇ ਕੀਤਾ, ਹੋਊ ਆਪਾਂ ਫਿਰ ਦੇਖ ਲਾਂਗੇ। ਉਹ ਜਿਹੜਾ ਅਸੀਂ ਦੇਖਣ ਵਾਲੀ ਗੱਲ ਕਰਦੇ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਬਾਲਾ ਨੁਕਸਾਨ ਹੋ ਰਿਹਾ। ਤੁਸੀਂ ਏਦਾਂ ਸੋਚਦੇ ਆ ਵੀ ਜਿੱਦਾਂ ਇੰਗਲੈਂਡ ਦੇ ਵਿੱਚ ਜਿਹੜੀਆਂ ਆਪਾਂ, ਕਿਉਂਕਿ ਘਟਨਾ ਇੰਗਲੈਂਡ ਦੀ ਆ, ਤੁਸੀਂ ਵੀ ਇੱਥੇ ਰਹਿੰਦੇ ਆ ਤੇ ਤੁਹਾਨੂੰ ਵੀ ਸਾਰਾ ਪਤਾ ਜਿਹੜੀ ਸਿਆਸਤ ਜਾਂ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਆਪਾਂ, ਮਤਲਬ ਉਹਨਾਂ ਨੂੰ ਕਈ ਵਾਰੀ ਜਦੋਂ ਏਦਾਂ ਦੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਹੁੰਦੀ ਆ ਬਈ, ਇੱਕ ਧੜਾ ਉਹਨਾਂ ਨੂੰ ਮਤਲਬ ਸਪੋਰਟ ਕਰ ਦਿੰਦਾ ਤੇ ਦੂਸਰਾ ਜਿਹੜਾ ਵਿਰੋਧ ਕਰਦਾ ਹੁੰਦਾ, ਕਦੀ ਉਹ ਹੱਕ 'ਚ ਆ ਜਾਂਦਾ ਕਦੀ ਦੂਆ ਹੱਕ 'ਚ ਆ ਜਾਂਦਾ, ਏਦਾਂ ਇਹ ਲੋਕ ਉਹਨਾਂ ਚੀਜ਼ਾਂ ਦਾ ਫਾਇਦਾ ਲੈ ਰਹੇ ਆ। ਜੀ ਜੀ ਬਿਲਕੁਲ ਬਿਲਕੁਲ ਭਾਈ ਰਣਵੀਰ ਸਿੰਘ ਜੀ, ਲੋਕ ਉਹਨੇ ਕਿਉਂਕਿ ਜਿੱਥੇ ਕਹਿੰਦੇ ਕਿ ਇਹ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਕਹਿੰਦੇ ਜਿੱਥੇ ਗਵਾਂਢੀ ਤਦ ਹੀ ਇਨਵੋਲਵ ਹੁੰਦਾ ਜੇਕਰ ਕਿਸੇ ਦੇ ਘਰ 'ਚ ਲੜਾਈ ਪਈ ਹੋਵੇ। ਇਹ ਇਹਨਾਂ ਚੀਜ਼ਾਂ ਦਾ ਫਾਇਦਾ ਲਾਉਂਦੇ ਨੇ ਕਿ ਇਹ ਆਪਸ 'ਚ ਲੜਦੇ ਨੇ ਤੇ ਅਸੀਂ ਇਹਨਾਂ ਚੀਜ਼ਾਂ ਦਾ ਫਾਇਦਾ ਲਾ ਕੱਢੀਏ। ਕੋਈ ਵੀ ਕੌਮ ਹੈ, ਕੋਈ ਵੀ ਪ੍ਰਚਾਰਕ ਹੈ ਜਾਂ ਕੋਈ ਵੀ ਏਜੰਸੀਆਂ ਨੇ, ਉਹ ਇਸ ਚੀਜ਼ ਦਾ ਜਿਹਨੂੰ ਸਿੱਖ ਕੌਮ ਆਪਸ ਵਿੱਚ ਪਾਰਟੀ ਹੁੰਦੀ ਹੈ, ਉਹ ਇਸ ਚੀਜ਼ ਦਾ ਫਾਇਦਾ ਲੈ ਕੇ ਸਿੱਖ ਕੌਮ 'ਚ ਇਨਵੋਲਵਮੈਂਟ ਕਰਦੇ ਨੇ ਲੱਗਣਾ ਚਾਹੀਦਾ। ਜਦੋਂ ਕਿ ਬਹੁਤ ਲੋਕਾਂ ਦਾ ਸਵਾਲ ਹੈ ਇਹ ਕਿ ਖੁਦ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੀ ਜਿੱਦਾਂ ਨਕਲ ਕਰਦੇ ਆ, ਉਹਨਾਂ ਦੇ ਨਾਲ ਹੀ ਚੱਲਦੇ ਆ, ਜੋ ਕਹਿੰਦੇ ਉਹ ਕਰਦੇ ਆ, ਇਹ ਇੱਕ ਵਿਅਕਤੀ ਨੂੰ ਪੂਜਣ ਵਾਲੀ ਗੱਲ ਨਹੀਂ? ਮੈਂ ਜਿੱਥੋਂ ਤੱਕ ਸਮਝਦਾ ਕਿ ਦੇਖੋ ਜਿੱਥੋਂ ਤੱਕ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਨਾਲ ਜੋੜਿਆ ਸੀ, ਅਸੀਂ ਸ਼ਬਦ ਗੁਰੂ ਨਾਲ ਜੁੜਨਾ ਸੀਗਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਇਸ਼ਟ ਗੁਰੂ ਮੰਨਣਾ ਸੀ। ਪਰ ਅੱਜ ਕੀ ਹੋ ਰਿਹਾ ਕਿ ਸਾਡੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਜਿਵੇਂ ਪੰਜਾਬੀ 'ਚ ਕਹਿੰਦੇ ਕਿ ਭੇਡ ਚਾਲ ਹੋ ਰਹੀ ਹੈ, ਅਸੀਂ ਕਿਸੇ ਬੰਦੇ ਨੂੰ ਗੁਰੂ ਮੰਨ ਬੈਠੇ ਹਾਂ, ਬੰਦਿਆਂ ਦੇ ਪਿੱਛੇ ਲੱਗ ਰਹੇ ਹਾਂ। ਅੱਜ ਕੱਲ੍ਹ ਜਿੱਥੇ ਗੁਰੂ ਦੀ ਗੱਲ ਆਉਂਦੀ ਸੀ ਜੋ ਗੁਰੂ ਸਾਹਿਬ ਨੇ ਕਿਹਾ ਸੀਗਾ, ਉਸ ਨਾਂ ਤੋਂ ਕਿਤੇ ਸ਼ਬਦ ਗੁਰੂ ਤੋਂ ਅਸੀਂ ਕਿਤੇ ਮੇਰੇ ਕੋਹਾਂ ਦੂਰ ਜਾ ਰਹੇ ਹਾਂ। ਕਿਉਂਕਿ ਉਹ ਦੇਖਣ ਦੇ ਵਿੱਚ ਆਇਆ ਵੀ ਜਿਹੋ ਜਿਹੇ ਮਤਲਬ ਆਪਣਾ ਵੇਸ਼ਭੂਸ਼ਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਣਾਉਂਦੇ ਆ, ਉਹੋ ਜਿਹੀ ਮੁੜ ਕੇ ਮਤਲਬ ਹਰਿੰਦਰ ਸਿੰਘ ਜਿਹੜਾ ਆਪਣਾ ਨਰਵੈਰ ਖਾਤੇ ਵਾਲਾ ਇਹ ਬਣਾ ਲੈਂਦਾ। ਬਹੁਤ ਲੋਕ ਕਹਿ ਰਹੇ ਵੀ ਨਕਲ ਕਿਉਂ ਹੋ ਰਹੀ ਹੈ, ਮਤਲਬ ਇੱਕ ਦੂਸਰੇ ਦਾ ਏਦਾਂ ਨਕਲ ਕਿਉਂ ਕਰ ਰਹੇ? ਬਾਕੀ ਲੱਗਦਾ ਮੈਨੂੰ ਕਿਤੇ ਨਾ ਕਿਤੇ ਕਿਹਦੀ ਮਤਲਬ ਕਿ ਫਿਰ ਉਹ ਗੱਲ ਉੱਥੇ ਆ ਜਾਂਦੀ ਕੌਮਾਂ ਦੇ ਵਿੱਚ ਕਿ ਗੱਲ ਇਹ ਕਹਿਣੀ ਤਾਂ ਨਹੀਂ ਚਾਹੀਦੀ, ਜਿਵੇਂ ਦਸਤਾਰਾਂ ਦੀ ਹੋ ਗਈ ਆ ਕਿ ਸੇਮ ਦਸਤਾਰ ਹੋ ਗਈ ਜਾਂ ਸੇਮ ਪਹਿਰਾਵਾ ਹੋ ਗਿਆ। ਇਹ ਮੈਂ ਪਹਿਰਾਵੇ ਤੇ ਨਹੀਂ ਜਾਂਦਾ ਕਿ ਕੱਲ ਨੂੰ ਇਹ ਹੋਏਗਾ ਕਿ ਪਹਿਰਾਵੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ। ਬਾਕੀ ਜੋ ਗੁਰਮਤਿ ਜੋ ਸਾਡਾ ਬਾਣਾ ਸੀਗਾ, ਬਾਣੇ ਨੂੰ ਬਾਣਾ ਹੀ ਰਹਿਣ ਦਿੰਦੇ, ਬਾਣਾ ਤੇ ਬਾਣੀ ਤੇ ਧਾਰ ਨਹੀਂ ਬਣਨਾ ਸੀ, ਪਰ ਅੱਜ ਕੱਲ੍ਹ ਅਸੀਂ ਬਾਣੇ ਦੇ ਨਾਂ ਤੇ ਹੋਰ ਹੀ ਕੁਛ ਬਣੀ ਬੈਠੇ ਹਾਂ, ਜਿੱਥੋਂ ਤੱਕ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਸਾਡੇ ਕੌਮ ਲਈ ਇੱਕ ਦੁਬਿਧਾ ਦਾ ਕਾਰਨ ਹੈ। ਗੁਰਚਰਨ ਸਿੰਘ ਜੀ, ਕੱਲ ਇੰਗਲੈਂਡ ਦੇ ਵਿੱਚ ਤਕਰੀਬਨ
ਬਹੁਤ ਵੱਡੀ ਮੀਟਿੰਗ ਸਾਰੇ ਗੁਰਦੁਆਰਿਆਂ ਦੀ, ਪੰਥਕ ਜਥੇਬੰਦੀਆਂ ਦੀ, ਗੁਰਦੁਆਰਾ ਬੈਸਟ ਬ੍ਰਹਮ ਚ 1 ਵਜੇ ਹੋ ਰਹੀ ਹੈ। ਉਹਦੇ ਵਿੱਚ ਆਸ ਹੈ ਵੀ ਕਾਫੀ ਹਰ ਮਤਲਬ ਜਿਹੜਾ ਆਪਾਂ ਜਥੇਬੰਦੀ ਹੈ ਉਹਦਾ ਇਹ ਵੀ ਪਤਾ ਲੱਗਾ ਵੀ ਆ ਰਹੇ ਆ। ਖੁੱਲਾ ਸੱਦਾ ਦਿੱਤਾ ਹੋਇਆ ਉਹਨਾਂ ਨੇ ਵੀ ਕੋਈ ਵੀ ਜਿੱਦਾਂ ਇਹ ਨੇ ਵੀ ਉੱਥੇ ਇਕੱਲੇ ਜਿਹੜੇ ਦਮਦਮੀ ਟਕਸਾਲ ਨਾਲ ਸੰਬੰਧਿਤ ਉਹ ਹੀ ਆ ਸਕਦੇ ਆ ਜਾਂ ਸੰਪਰਦਾਵਾਂ ਨਾਲ ਸੰਬੰਧਿਤ ਉਹ ਹੀ ਆ ਸਕਦੇ ਆ। ਉੱਥੇ ਹਰ ਇੱਕ ਨੂੰ ਭਾਵੇਂ ਮਸ਼ੀਨਰੀ ਆ ਭਾਵੇਂ ਦਮਦਮੀ ਟਕਸਾਲ ਵਾਲੇ ਆ ਜਾਂ ਹੋਰ ਸੰਪਰਦਾਵਾਂ ਨਾਲ ਰਾਣਾ ਸਾਹਿਬ ਵਾਲੇ ਆ ਨਾਨਕ ਕਰੀਏ ਆ ਕੋਈ ਵੀ ਹਰ ਸਿੱਖ ਨੂੰ ਜਿੱਦਾਂ ਜਿਹੜਾ ਇਹ ਕਹਿੰਦਾ ਵੀ ਹਾਂ ਮੈਂ ਗੁਰੂ ਨਾਨਕ ਦੇਵ ਜੀ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹਨੂੰ ਖੁੱਲਾ ਸੱਦਾ ਦਿੱਤਾ ਗਿਆ ਵੀ ਹਾਂ ਉੱਥੇ ਪਹੁੰਚੋ। ਸੋ ਤੁਹਾਡਾ ਕੀ ਉਹਦੇ ਮੀਟਿੰਗ ਦੇ ਵਿੱਚ ਆਉਣ ਬਾਰੇ ਵੀ ਅਤੇ ਜੇ ਮੀਟਿੰਗ ਦੇ ਵਿੱਚ ਜੇ ਕੀਤੀ ਜਾਂਦੀ ਹੈ ਤਾਂ ਉੱਥੇ ਕੀ ਫੈਸਲਾ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ? ਦੇਖੋ ਸਭ ਤੋਂ ਪਹਿਲੇ ਤੇ ਮੇਰੀ ਜਿਹੜਾ ਮੇਰੇ ਵਿਚਾਰ ਹੈਗੇ ਨੇ ਕਿ ਹਰ ਇੱਕ ਬੰਦੇ ਦੇ ਆਪਣੇ ਆਪਣੇ ਅਲੱਗ ਅਲੱਗ ਵਿਚਾਰ ਨੇ। ਪਹਿਲੇ ਤੇ ਸਾਰੀਆਂ ਜਿੰਨੀਆਂ ਵੀ ਆਪਣੀਆਂ ਜਥੇਬੰਦੀਆਂ ਨੇ, ਦੇਖੋ ਜਥੇਬੰਦੀਆਂ ਕੰਮ ਕਰਦੀਆਂ ਨੇ ਅਲੱਗ ਅਲੱਗ ਕਰਦੀਆਂ ਨੇ, ਕੰਮ ਇੱਕ ਵੱਖਰੀ ਜਗ੍ਹਾ ਤੇ ਆ, ਕੌਮ ਦਾ ਕੰਮ ਇੱਥੇ ਹੈਗੀ ਗੁਰੂ ਦੀ ਗੱਲ। ਇੱਥੇ ਸਾਨੂੰ ਸਾਰਿਆਂ ਨੂੰ ਜਿਵੇਂ ਗੁਰਬਾਣੀ ਦਾ ਪ੍ਰਮਾਣਾ ਹੋ ਕੱਤਰ ਮਿਲੋ ਮੇਰੇ ਭਾਈ ਦੁਬਧਾ ਤੂੰ, ਇੱਥੇ ਸਾਨੂੰ ਜਿਹੜੀ ਦੁਬਧਾ ਹੈ ਆਪਸ ਵਿੱਚ ਪਈ ਹੋਈ ਉਹਨੂੰ ਦੂਰ ਕਰਨਾ, ਸਾਰੀਆਂ ਹੀ ਜਥੇਬੰਦੀਆਂ ਨੂੰ ਇਕੱਠਾ ਹੋ ਕੇ ਇੱਕ ਫੈਸਲਾ ਲੈਣਾ ਚਾਹੀਦਾ ਕਿ ਜਿਹੜੇ ਏਦਾਂ ਦੇ ਹੋ ਰਿਹਾ ਆ ਉਹ ਮੁੜ ਕੇ ਨਾ ਹੋਵੇ, ਤੇ ਮੁੜ ਕੇ ਜਿਹੜੇ ਆਪ ਪ੍ਰਚਾਰਕ ਨੇ ਇਹਨਾਂ ਨੂੰ ਵੀ ਕੁਝ ਸੇਧਾਂ ਦਿੱਤੀਆਂ ਜਾਣ ਕਿ ਜੋ ਗੁਰੂ ਦੀ ਬਾਣੀ ਆ, ਗੁਰੂ ਦੇ ਸਿਧਾਂਤ ਆ ਜਾਂ ਗੁਰੂ ਇਤਿਹਾਸ ਹੈ, ਗੁਰੂ ਇਤਿਹਾਸ ਨੂੰ ਆਪਣੇ ਕੋਲ ਨਾ ਜੋੜਿਆ ਜਾਵੇ ਤੇ ਗੁਰੂ ਸਿੱਖਾਂ ਦੇ ਵਿੱਚ ਆਪਸੀ ਦੁਬਧਾ ਨਾ ਪਾਈ ਜਾਵੇ, ਬਾਣੀ ਬਾਣੀ ਤੇ ਕਿੰਤੂ ਪ੍ਰੰਤੂ ਨਾ ਕੀਤਾ ਜਾਵੇ। ਇੱਕ ਇੱਥੇ ਜਥੇਬੰਦੀ ਜਾਂ ਇੱਥੇ ਕਮੇਟੀ ਬਣਾਈ ਜਾਵੇ ਕਿ ਜਿਹੜਾ ਇੱਦਾਂ ਦਾ ਕੰਮ ਕਰੇਗਾ ਉਹਨੂੰ ਪੂਰੇ ਇੰਗਲੈਂਡ ਦੇ ਵਿੱਚ, ਪੂਰੇ ਗੁਰੂ ਘਰਾਂ ਦੇ ਵਿੱਚ, ਚਾਹੇ ਉਹ ਪ੍ਰਚਾਰਕ ਇੱਥੇ ਦਾ ਚਾਹੇ ਪ੍ਰਚਾਰਕ ਉਹ ਕੋਈ ਇੰਡੀਆ ਦਾ ਆ ਜਾਂ ਪ੍ਰਚਾਰਕ ਕਿਸੇ ਵੱਲੋਂ ਵੀ ਆਉਂਦਾ, ਜਿੱਥੇ ਗੁਰੂ ਦੀ ਗੱਲ ਚ ਦੁਬਧਾ ਪਾਉਂਦਾ ਉਹ ਇੱਕ ਜੁੱਟ ਹੋ ਕੇ ਉਸ ਪ੍ਰਚਾਰਕ ਨੂੰ ਇੱਥੇ ਪ੍ਰਚਾਰ ਨਹੀਂ ਕਰਨ ਦੇਣਾ ਚਾਹੀਦਾ। ਮੇਰਾ ਜੋ ਮੇਰਾ ਆਪਣਾ ਵਿਚਾਰ ਹੈ ਇਹ ਮਤਲਬ ਚਲੋ ਤੁਸੀਂ ਉਹ ਕਮੇਟੀ ਵੀ ਬਣ ਜਾਊਗੀ ਪਰ ਇਹਦਾ ਡਿਸਾਈਡ ਕਿੱਦਾਂ ਕੀਤਾ ਜਾਊਗਾ ਵੀ ਇਹ ਬੰਦਾ ਦੁਬਧਾ ਪਾ ਰਿਹਾ ਇਹ ਨਹੀਂ ਪਾ ਰਿਹਾ, ਉਹ ਡਿਸਾਈਡ ਕਰਨ ਨੂੰ ਕੌਣ ਕਰੂਗਾ? ਇਹ ਸੰਗਤ ਆਪ ਕਰੂਗੀ ਜਾਂ ਉਹਦੇ ਲਈ ਵੀ ਕੋਈ ਬੋਰਡ ਬਣਨਾ ਚਾਹੀਦਾ ਜਿੱਦਾਂ ਸੈਂਸਰ ਬੋਰਡ ਹੁੰਦਾ? ਨਹੀਂ ਨਹੀਂ ਉਹਦੇ ਲਈ ਵੀ ਪੰਜ ਮੈਂਬਰੀ ਕਮੇਟੀ ਹੋਵੇ, ਚਾਹੇ ਉਹਦੇ ਵਿੱਚ ਇੱਕ ਮੈਂਬਰ ਜੇ ਕਿਸੇ ਵੀ ਜਥੇਬੰਦੀਆਂ ਨੇ ਹਰ ਇੱਕ ਜੇ ਇਕੱਠੇ ਹੋ ਕੇ ਬਹਿਣਾ, ਹਰ ਇੱਕ ਜਥੇਬੰਦੀ ਦਾ ਇੱਕ ਇੱਕ ਮੈਂਬਰ ਲੈ ਲਓ ਜਿਹੜੇ ਕਿ ਸੂਝਵਾਨ ਮੈਂਬਰ ਨੇ ਜਿਹਨਾਂ ਨੂੰ ਬਾਣੀ ਦੇ ਨਾਲ ਪਤਾ ਹੈਗਾ, ਬਾਣੀ ਦੇ ਅਰਥਾਂ ਦਾ ਪਤਾ ਹੈਗਾ। ਇਹ ਨਹੀਂ ਕਿ ਮੇਰੇ ਵਰਗਾ ਉੱਠ ਕੇ ਮੈਂਬਰ ਬਣਾ ਦਿਓ ਜਿਹਨੂੰ ਬਾਣੀ ਦਾ ਪਤਾ ਨਹੀਂ, ਜਿਹਨੂੰ ਇਤਿਹਾਸ ਦਾ ਪਤਾ ਨਹੀਂ। ਉਹ ਬੰਦੇ ਹੋਣੇ ਚਾਹੀਦੇ ਜਿਹਨਾਂ ਨੂੰ ਇਤਿਹਾਸ ਦਾ ਗੁਰ ਗਿਆਨ ਪੂਰਾ ਹੋਵੇ, ਬਾਣੀ ਦਾ ਪੂਰਾ ਪਤਾ ਹੋਵੇ ਤੇ ਸ਼ਬਦ ਗੁਰੂ ਦੇ ਆਪ ਉਹ ਪਾਸੇ ਹੋਵੇ, ਸ਼ਬਦ ਗੁਰੂ ਦੀ ਆਪ ਸ਼ਬਦ ਗੁਰੂ ਤੇ ਚੱਲਦਾ ਹੋਵੇ। ਐਵੇਂ ਦੇ ਪੰਜ ਬੰਦੇ ਕਮੇਟੀ ਭਾਵੇਂ ਉਹ ਜੰਗ ਹੋਣ, ਭਾਵੇਂ ਨੌਜਵਾਨ ਹੋਣ, ਭਾਵੇਂ ਬਜ਼ੁਰਗ ਹੋਣ, ਐਵੇਂ ਦਾ ਜੂਥ ਚੁਣ ਕੇ ਜਿਹੜਾ ਕਿ ਗੁਰੂ ਦੀ ਗੱਲ ਕਰੇ, ਉਸ ਬੰਦੇ ਉਹਨਾਂ ਦੇ ਨਾਲ ਲੈ ਕੇ ਉਹਨਾਂ ਨੂੰ ਚੱਲ ਕੇ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝ ਕੇ ਤੇ ਫਿਰ ਆਪਣਾ ਅੱਗੇ ਕੰਮ ਕੀਤਾ ਜਾ ਸਕਦਾ ਆ। ਇੱਕ ਇੱਕ ਟਾਈਪ ਦਾ ਇਹ ਸੰਸਰ ਬੋਡੀ ਹੋ ਜਾਂਦਾ ਹੈ ਕਿ ਜਿਹੜਾ ਉਹ ਡਿਸੀਜਨ ਲੈਣਗੇ, ਜੇਕਰ ਇਹ ਕੀਰਤਨੀਆ ਜਾਂ ਰਾਗੀ ਢਾਡੀ ਜਥਾ ਵੀ ਇਹ ਕੀਰਤਨ ਕਰ ਸਕਦਾ ਤੇ ਉਹ ਕੀਰਤਨ ਕਰੇਗਾ, ਜੇ ਨਹੀਂ ਕਰ ਸਕਦਾ ਤੇ ਉਹ ਇੰਗਲੈਂਡ ਦੀ ਧਰਤੀ ਤੇ ਕੀਰਤਨ ਨਹੀਂ ਕਰੇਗਾ। ਤੇ ਕਈ ਵਾਰੀ ਏਦਾਂ ਹੁੰਦਾ ਜਦੋਂ ਜਥੇਬੰਦੀਆਂ ਜਾਂ ਏਦਾਂ ਦਾ ਬੋਰਡ ਕੋਈ ਫੈਸਲਾ ਕਰ ਵੀ ਲੈਂਦਾ, ਗੁਰਦੁਆਰੇ ਵਾਲੇ ਆਪਣੀਆਂ ਮਰਜ਼ੀਆਂ ਕਰਦੇ, ਫਿਰ ਉਹਦੇ ਤੇ ਕੀ ਹੋਵੇ, ਉਹਨੂੰ ਕੀ ਕੀਤਾ ਜਾਵੇ? ਨਹੀਂ ਮੇਰੇ ਹਿਸਾਬ ਨਾਲ ਜਿੰਨੇ ਕੁ ਗੁਰਦੁਆਰਾ ਸਾਹਿਬ ਇੱਥੇ ਹੈਗੇ ਨੇ ਸਾਰੇ ਗੁਰਦੁਆਰੇ ਦੇ ਸਾਰੇ ਪ੍ਰਬੰਧਕ ਬੜੇ ਸੂਝਵਾਨ ਨੇ, ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਗੱਲ ਕੀਤੀ ਜਾਵੇ, ਉਹਨਾਂ ਦੇ ਸਿਗਨੇਚਰ ਕਰਵਾਏ ਜਾਣ, ਜਿਵੇਂ ਕਿ ਇੱਕ ਜਨਰਲ ਬੋਡੀ ਮੀਟਿੰਗ ਬਣ ਜਾਂਦੀ, ਜਨਰਲ ਬੋਡੀ ਬਣਾ ਕੇ ਉਹਦੇ ਸਾਰੇ ਮੈਂਬਰਾਂ ਦੇ ਸਹਿਣ ਹੋਣ, ਤੇ ਮੇਰੇ ਖਿਆਲ ਆ ਕਿ ਸਾਰੇ ਗੁਰੂ ਘਰਾਂ ਨੂੰ ਇਹਦਾ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਇੱਥੇ ਗੁਰੂ ਦੀ ਗੱਲ ਹੈ, ਬਾਣੀ ਦੀ ਗੱਲ ਹੈ।
ਠੀਕ ਹੈ ਗੁਰਚਰਨ ਸਿੰਘ ਜੀ, ਜਿੱਦਾਂ ਇਹ ਤਾਂ ਗੱਲ ਹੋ ਗਈ ਵੀ ਚਲੋ ਇਹ ਹੈ ਬਈ ਗਾਂਹ ਵੀ ਜਿੱਦਾਂ ਕੌਮ ਦੇ ਹੋਰ ਫੈਸਲੇ ਵੀ, ਪਹਿਲਾਂ ਦੇਖੋ ਸੀ ਕੌਂਸਲ ਵੀ ਬਣੀ ਸੀ ਉਹ ਬਹੁਤ ਵਧੀਆ ਕੰਮ ਕਰਦੀ ਸੀ, ਉਦੋਂ ਬਾਅਦ ਜਦੋਂ ਚੀਜ਼ ਕੋਈ ਬਣਦੀ ਹੈ ਜੇ ਮਾੜਾ ਮੋਟਾ ਉਹ ਪੈਰਾਂ ਤੇ ਖੜੀ ਹੋਣ ਲੱਗਦੀ ਹੈ, ਤੇ ਉਦੋਂ ਬਾਅਦ ਜਿੱਦਾਂ ਹੁਣ ਤੁਸੀਂ ਹੁਣ ਵੀ ਸੁਝਾ ਦਿੱਤਾ ਕਮੇਟੀ ਬਣਾ ਲਈ ਜਾਵੇ, ਕਮੇਟੀਆਂ ਬਣਦੀਆਂ ਉਦੋਂ ਬਾਅਦ ਉਹ ਧੜੇਬੰਦੀ ਦਾ ਸ਼ਿਕਾਰ ਹੋ ਜਾਂਦੀਆਂ, ਇਹਦਾ ਕਿੱਦਾਂ ਬਚਾਅ ਕੀਤਾ ਜਾਵੇ? ਬਸ ਗੱਲ ਇੱਥੇ ਆਣ ਕੇ ਖਤਮ ਹੋ ਜਾਂਦੀ ਕਿ ਅੱਜ ਜਿਹੜੀ ਸਾਡੀ ਕੌਮ ਹੈਗੀ ਆ, ਸਿੱਖ ਕੌਮ ਇੱਕ ਬੜੀ ਵੱਡੀ ਦੁਬਧਾ ਦੇ ਵਿੱਚ ਹੈ, ਤੇ ਕੌਮ ਜਿਹੜੀ ਇੱਕ ਆ ਸਾਡੀ ਲੀਡਰਲੈਸ ਕੌਮ ਹੋ ਚੁੱਕੀ ਆ, ਕਿਉਂਕਿ ਇਹਨੂੰ ਕੋਈ ਸੇਧ ਦੇਣ ਵਾਲਾ ਕੌਮ ਪਿੱਛੇ ਲੱਗਣ ਲਈ ਤਿਆਰ ਆ, ਪਰ ਜਿਹੜੇ ਸਾਡੇ ਪ੍ਰਬੰਧਕ ਜਾਂ ਸਾਡੇ ਲੀਡਰਲੈਸ ਹੋ ਚੁੱਕੀ ਆ ਜਾਂ ਲੀਡਰ ਜ਼ਿਆਦੇ ਬਣ ਗਏ ਆ? ਇਹ ਮੈਂ ਸਮਝਦਾ ਕਿ ਲੀਡਰਲੈਸ ਜ਼ਿਆਦੇ ਬਣਨਾ, ਦੇਖੋ ਜੀ ਉਹ ਇੱਕ ਪੰਜਾਬੀ ਕਵਿਤਾ ਕਹਿੰਦਾ ਜੀ ਬਾਬਾ ਜੀ ਆਪਣਾ ਸੇਵਕ ਬੜੇ ਹੋ ਗਏ ਨੇ, ਕਹਿੰਦਾ ਆਪੇ ਭੁੱਖੇ ਮਰਦੇ ਚੱਲ ਜਾਣਗੇ। ਮੇਰਾ ਕਹਿਣ ਤੋਂ ਭਾਵ ਹੈ ਲੀਡਰਲੈਸ ਹੀ ਕੌਮ ਹੈ, ਕਿ ਅੱਜ ਸਾਡੇ ਕੋਲ ਕੋਈ ਸਹੀ ਲੀਡਰ ਨਹੀਂ ਹੈਗਾ ਜਿਹੜਾ ਸਿੱਖ ਕੌਮ ਨੂੰ ਸੇਧ ਦੇਵੇ। ਹਰ ਇੱਕ ਲੀਡਰ ਅੱਜ ਕੁਰਸੀਆਂ ਦੇ ਪਿੱਛੇ ਲੱਗਿਆ ਹੋਇਆ ਕਿ ਮੇਰੀ ਕੁਰਸੀ ਵੱਜੇ ਜਾਂ ਮੇਰੀ ਬੱਲੇ ਬੱਲੇ ਹੋ ਜੇ ਜਾਂ ਕੌਮ ਮੇਰੇ ਗੁਣ ਗਾਏ, ਇਹ ਚੀਜ਼ ਦੇ ਪਿੱਛੇ ਪਏ ਹੋਏ ਨੇ, ਤਾਂ ਕਿ ਅੱਜ ਜਿਹੜੀ ਸਾਡੀ ਸਿੱਖ ਕੌਮ ਦੇ ਵਿੱਚ ਇੰਨੇ ਸਾਡੇ ਤੇ ਹਮਲੇ ਹੋ ਰਹੇ ਨੇ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਕਿਸੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਜਾ ਰਹੇ ਨੇ, ਕਦੇ ਸਿੱਖੀ ਕਕਾਰ ਪਾ ਕੇ ਭੰਗੜੇ ਪਾਏ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਸਾਡੀ ਕੌਮ ਦੇ ਵਿੱਚ ਬੜਾ ਵੱਡਾ ਘਾਤਕ ਹਮਲੇ ਹੋ ਰਹੇ ਨੇ, ਪਰ ਅੱਜ ਸਾਡੀ ਕੌਮ ਇਹਨਾਂ ਚੀਜ਼ਾਂ ਤੋਂ ਭਟਕੀ ਪਈ ਹੈ, ਜਿਹੜੇ ਸਾਡੇ ਮੇਨ ਮੁੱਦੇ ਸੀਗੇ ਉਹਨਾਂ ਤੋਂ ਅਸੀਂ ਭਟਕ ਗਏ, ਅੱਜ ਅਸੀਂ ਛੋਟੇ ਛੋਟੇ ਆਪਣੇ ਵਿਭਾਗਾਂ ਦੇ ਵਿੱਚ ਫਸੇ ਪਏ ਹਾਂ, ਪਰ ਜੋ ਸਿੱਖ ਕੌਮ ਦੇ ਮੇਨ ਮੁੱਦੇ ਨੇ ਉਹਨਾਂ ਤੋਂ ਅਸੀਂ ਕਿਤੇ ਦੂਰ ਜਾ ਰਹੇ ਹਾਂ। ਜਿੱਦਾਂ ਤੁਸੀਂ ਵਿਵਾਦਾਂ ਦੀ ਗੱਲ ਕੀਤੀ ਹੈ, ਜਦੋਂ ਕਈ ਵਾਰੀ ਇਹਨਾਂ ਨੂੰ ਇਗਨੋਰ ਕਰਕੇ ਜਾਂ ਕੌਮ ਦੇ ਕੁਝ ਸ਼ਹਿਰ ਦੇ ਲੋਕ ਅੱਗੇ ਵੀ ਵਧਣਾ ਚਾਹੁੰਦੇ ਆ ਜਾਂ ਕੌਮ ਦੀਆਂ ਗੱਲਾਂ ਕਰਨੀਆਂ ਚਾਹੁੰਦੀਆਂ, ਪਰ ਜਦੋਂ ਇੱਦਾਂ ਦੀ ਗੁਰੂਆਂ ਦੀ ਗੱਲ ਆ ਜਾਂਦੀ ਹੈ, ਕੋਈ ਆ ਜਾਂਦਾ ਇਸ਼ੂ ਇੱਦਾਂ ਦਾ ਆ ਜਾਂਦਾ, ਫਿਰ ਉਹਨੂੰ ਮਤਲਬ ਵਿਚਾਰਨਾ ਹੀ ਪੈਂਦਾ ਕਿ ਨਾ ਵਿਚਾਰਿਆ ਜਾਵੇ। ਨਹੀਂ ਨਹੀਂ ਜ਼ਰੂਰ ਜ਼ਰੂਰ, ਜਿਵੇਂ ਕਿ ਦੇਖੋ ਨਾ ਪਹਿਲਾਂ ਮਿਸਲਾਂ ਸੀਗੀਆਂ, ਮਿਸਲਾਂ ਆਪਣਾ ਆਪਣਾ ਕੰਮ ਕਰਦੀਆਂ, ਪਰ ਜਿੱਥੇ ਗੁਰੂ ਦੀ ਜਾਂ ਸਿੱਖੀ ਸਿਧਾਂਤ ਦੀ ਗੱਲ ਆਉਂਦੀ ਸੀ ਉੱਥੇ ਉਹ ਸਾਰੇ ਇਕੱਠੇ, ਜਦੋਂ ਸਿੱਖੀ ਦੀ ਗੱਲ ਆਉਂਦੀ ਸੀਗੀ ਜਾਂ ਧਰਮ ਦੇ ਉੱਤੇ ਸੰਕਟ ਆਉਂਦਾ ਸੀ, ਸਾਰੀਆਂ ਮਿਸਲਾਂ ਇਕੱਠੀਆਂ ਹੋ ਕੇ ਉਹਦਾ ਨਿਰਣੇ ਲੈਂਦੀਆਂ ਸੀ, ਉਹਦਾ ਫੈਸਲਾ ਲੈਂਦੀਆਂ ਸੀ। ਸੋ ਸਾਨੂੰ ਸਾਰੀਆਂ ਜਥੇਬੰਦੀਆਂ ਦਾ ਸਤਿਕਾਰ ਚ ਕਰਨਾ ਚਾਹੀਦਾ ਜਿੱਥੇ ਕੰਮ ਕਰਦੀਆਂ ਨੇ ਕਰਨ, ਪਰ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਉੱਥੇ ਸਾਨੂੰ ਸਾਰਿਆਂ ਨੂੰ ਇਕੱਤਰਤਾ ਦਿਖਾਉਣੀ ਬਹੁਤ ਜ਼ਰੂਰੀ ਹੈ। ਗੁਰਚਰਨ ਸਿੰਘ ਜੀ, ਆਖਿਰ ਦੇ ਵਿੱਚ ਜਿੱਦਾਂ ਆਪਾਂ ਜਥੇਬੰਦੀਆਂ ਦੀ ਵੀ ਗੱਲ ਕਰ ਲਈ, ਆਮ ਲੋਕਾਂ ਦੀ ਵੀ ਗੱਲ ਕੀਤੀ ਆ, ਤੇ ਜਾਂ ਆਪਾਂ ਉਹਨਾਂ ਪ੍ਰਚਾਰਕਾਂ ਦੀ ਵੀ ਕਰ ਲਈ ਆ ਜਿਹੜੇ ਮਤਲਬ ਕੌਮ ਚ ਦੁਬਿਧਾ ਪਾਉਂਦੇ ਆ, ਸੈਂਸਰ ਬੋਰਡ ਵੀ ਬਣ ਜਾਊਗਾ, ਕਮੇਟੀ ਵੀ ਬਣ ਜਾਊਗੀ, ਪਰ ਜੇ ਇੱਕ ਹੋਰ ਬਹੁਤ ਵੱਡਾ ਥੰਮ ਆ ਜਿਹੜਾ ਮਤਲਬ ਕੌਮਾਂ ਲਈ ਬੜਾ ਤਾਜਗਰ ਹੁੰਦਾ, ਕੌਮ ਨੂੰ ਅੱਗੇ ਲਿਜਾਣ ਦੇ ਵਿੱਚ ਬੜੀ ਸਹਾਇਤਾ ਕਰਦਾ, ਉਹ ਹੈਗਾ ਮੀਡੀਆ। ਜਿਹੜਾ ਮੈਂ ਆਪਣੇ ਮੀਡੀਆ ਦੀ, ਮੈਂ ਵੀ ਜਿੱਦਾਂ ਮੀਡੀਆ 'ਚ ਖੁਦ ਵੀ ਮੈਂ ਆਪਣੀ ਵੀ ਗੱਲ ਕਰਦਾ, ਜਾਂ ਜਿੰਨਾ ਵੀ ਪੰਜਾਬੀ ਮੀਡੀਆ ਵਿਦੇਸ਼ਾਂ ਦੇ ਵਿੱਚ ਟੈਲੀਵਿਜ਼ਨ ਵਾਲੇ ਆ, ਉਹਨਾਂ ਨੇ ਮਤਲਬ ਜਦੋਂ ਕੋਈ ਇਸ਼ੂ ਜਿਹੜਾ ਵਿਵਾਦਿਤ ਬੰਦੇ ਹੁੰਦੇ ਆ ਜਾਂ ਜਿਹਨਾਂ ਨੂੰ ਵਿਵਾਦਿਤ ਗੱਲਾਂ ਕਰਦੇ ਜਾਂ ਇਹੋ ਜਿਹੇ ਇਸ਼ੂ ਲਿਆ ਕੇ ਅਸੀਂ ਆਪ ਤਰਕਬਾਜ਼ੀ ਟੈਲੀਵਿਜ਼ਨਾਂ ਤੇ ਬਿਠਾ ਬਿਠਾ ਕੇ ਕਰਦੇ ਹਾਂ, ਮੁੜ ਕੇ ਅਸੀਂ ਜਿੱਦਾਂ ਫਿਰ ਉਹਨਾਂ ਨੂੰ ਕਹਿੰਦੇ ਹਾਂ ਜੀ ਇਹ ਲੱਗਣੇ ਨਹੀਂ ਚਾਹੀਦੇ, ਆਹ ਨਹੀਂ ਹੋਣਾ ਚਾਹੀਦਾ, ਮੀਡੀਆ ਦਾ ਰੋਲ ਕਿਹੋ ਜਿਹਾ ਹੋਣਾ ਚਾਹੀਦਾ? ਦੇਖੋ ਜੀ ਜਿੱਥੋਂ ਤੱਕ ਮੀਡੀਆ ਦੀ ਗੱਲ ਹੈਗੀ ਹੈ ਕਿ ਭਾਈ ਰਘਬੀਰ ਸਿੰਘ ਜੀ, ਮੀਡੀਆ ਇੱਕ ਨਿਊਟਰਲ ਹੋਣਾ ਚਾਹੀਦਾ ਆ, ਤੇ ਮੀਡੀਆ ਜਿਵੇਂ ਅਸੀਂ ਕਹਿੰਦੇ ਕਿ ਚੌਥਾ ਥੰਮ ਆ, ਥੰਮ ਨੂੰ ਇੱਕ ਨਿਊਟਰਲ ਰਹਿਣਾ ਚਾਹੀਦਾ, ਇਹਨੂੰ ਕਿਸੇ ਦੀ ਸਪੋਰਟ ਨਹੀਂ ਕਰਨੀ ਚਾਹੀਦੀ, ਮੀਡੀਆ ਨੂੰ ਸੱਚ ਤੇ ਸੱਚ ਤੇ ਝੂਠ ਦਾ ਝੂਠ ਕਰਨਾ ਚਾਹੀਦਾ ਆ, ਪਰ ਕਿਤੇ ਨਾ ਕਿਤੇ ਅੱਜ ਸਾਡੀ ਕਮਜ਼ੋਰੀ ਆ ਕਿ ਕਿਤੇ ਸਾਡੇ ਮੀਡੀਆ ਵੀ ਜਿਹੜਾ ਚਾਹੇ ਇੰਡੀਆ ਦਾ ਹੋਵੇ ਚਾਹੇ ਕਿੱਧਰ ਦਾ ਵੀ ਹੋਵੇ, ਕਿਤੇ ਨਾ ਕਿਤੇ ਮੀਡੀਆ ਨੂੰ ਵੀ ਇਹ ਗੱਲ ਸੋਚਣਾ। ਸਿੱਖ ਮੀਡੀਆ ਉਹਦੀ ਗੱਲ ਕਰਦੇ? ਹਾਂਜੀ ਹਾਂਜੀ, ਮੈਂ ਉਹਨਾਂ ਦੀ ਸਾਰਿਆਂ ਦੀ ਗੱਲ ਕਰਦਾ ਮੈਂ ਕਿ ਉਹਨਾਂ ਨੂੰ ਵੀ ਸਾਰਿਆਂ ਨੂੰ ਆਪਣੀ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਆ, ਪਰ ਉਹਨਾਂ ਨੂੰ ਸਿੱਖ ਮੀਡੀਆ ਨੂੰ ਇਹ ਚਾਹੀਦਾ ਹੈਗਾ ਕਿ ਜਿਹੜੀ ਸੱਚ ਦੀ ਗੱਲ ਆ ਉਸ ਸੱਚ ਦੀ ਗੱਲ ਤੇ ਖੜਨਾ ਚਾਹੀਦਾ, ਨਾ ਕਿ ਝੂਠ ਦਾ ਸਾਥ ਦੇਣਾ ਚਾਹੀਦਾ, ਸੱਚ ਨੂੰ ਸਾਹਮਣੇ ਲੈ ਕੇ ਆਓ,
ਜੋ ਸੰਗਤਾਂ ਨੇ ਤੁਹਾਡੀ ਦੇਖੋ ਇਹ ਜਿਹੜੇ ਮੀਡੀਆ ਨੇ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਨੇ, ਠੀਕ ਹੈ ਠੀਕ ਹੈ ਨਾ, ਸੰਗਤਾਂ ਨੇ ਜੋ ਟੈਲੀਫੋਨ ਦਸਵੰਧ ਕੱਢ ਕੇ ਸੰਗਤਾਂ ਨੇ ਇੰਨੀਆਂ ਨੇ, ਅੱਜ ਕਈ ਮੀਡੀਆ ਨੇ ਜਿਹੜੇ ਕਦੀ ਕਹਿੰਦੇ ਸੀ ਕਿ ਅਸੀਂ ਸੰਗਤਾਂ ਦੇ ਮੀਡੀਆ ਆ, ਠੀਕ ਹੈ, ਅੱਜ ਉਹ ਮੀਡੀਆ ਕਿੱਥੇ ਗਏ ਨੇ ਜਿਹੜੇ ਸੰਗਤ ਦੀ ਗੱਲ ਨਹੀਂ ਕਰਦੇ, ਲੋਕਾਂ ਦੀ ਗੱਲ ਨਹੀਂ ਕਰਦੇ, ਸਿੱਖੀ ਦੀ ਗੱਲ ਨਹੀਂ ਕਰਦੇ, ਕਈ ਮੀਡੀਆ ਏਦਾਂ ਦੇ ਨੇ। ਪਰ ਮੈਂ ਇਹੋ ਹੀ ਬੇਨਤੀ ਕਰਾਂਗਾ ਸਾਰੇ ਮੀਡੀਆ ਨੂੰ, ਬੜੇ ਸੂਝਵਾਨ ਨੇ, ਪਰ ਸੱਚ ਤੇ ਪਹਿਰਾ ਦਵੋ ਅਤੇ ਸੱਚ ਦੀ ਗੱਲ ਕਰੋ। ਇਹ ਮੈਂ ਤੁਹਾਡਾ ਸਵਾਲ ਥੋੜਾ ਹੋਰ ਸਵਾਲ ਕਰ ਦਿੰਦਾ, ਮੈਂ ਇੰਗਲੈਂਡ ਦੇ ਮੀਡੀਆ ਦੀ ਗੱਲ ਕਰ ਲੈਂਦਾ, ਕੈਨੇਡਾ ਦੇ ਜਾਂ ਅਮਰੀਕਾ ਦੇ ਮੀਡੀਆ ਦੀ ਗੱਲ ਕਰਦੇ ਨੇ। ਕਈ ਵਾਰੀ ਹੈ ਕਿ ਅਸੀਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਪ੍ਰਚਾਰਕਾਂ ਦੀ ਕਰ ਰਹੇ ਹਾਂ, ਉਹ ਤੇ ਘਰ ਬੈਠੇ ਜਾਂ ਕਿਤੇ ਬੈਠੇ ਗੱਲ ਕਰ ਰਹੇ ਹਾਂ, ਕਈ ਪ੍ਰਚਾਰਕਾਂ ਨੂੰ ਲਿਆ ਲਿਆ ਕੇ ਪਹਿਲਾਂ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਹਾਂ ਜਾਂ ਇਹੋ ਜਿਹਾ ਇਸ਼ੂ ਲੈ ਕੇ ਉਹਨਾਂ ਦੇ ਡਿਬੇਟਾਂ ਵੀ ਕਰਦੇ ਹਾਂ, ਵਿਆਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਿਵਾਦਿਤ ਆ ਉਹ ਲਿਆ ਕੇ ਉਹਨਾਂ ਤੇ ਡਿਬੇਟ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ? ਨਹੀਂ, ਬਿਲਕੁਲ ਬਿਲਕੁਲ ਨਹੀਂ। ਦੇਖੋ ਇਹ ਚੀਜ਼ਾਂ ਬੜੀਆਂ ਹੀ ਘਾਤਕ ਨੇ ਸਾਡੇ ਲਈ, ਬੜੀਆਂ ਨੁਕਸਾਨਦਾਇਕ ਨੇ ਕਿ ਜਿਹੜਾ ਬੰਦਾ ਝੂਠਾ ਆ ਜਾਂ ਕੋਈ ਉਹਦੇ ਤੇ ਕੋਈ ਐਲੀਗੇਸ਼ਨ ਹੈ, ਐਵੇਂ ਦੇ ਬੰਦਿਆਂ ਨੂੰ ਲਿਆ ਕੇ ਨਹੀਂ, ਐਵੇਂ ਦੇ ਬੰਦਿਆਂ ਨੂੰ ਪਹਿਲਾਂ ਆਪ ਤੁਸੀਂ ਗੱਲਬਾਤ ਕਰੋ, ਉਹਦੇ ਵਿੱਚ ਸੱਚ ਕੱਢੋ, ਸੱਚ ਹੈ ਕੀ ਆ, ਠੀਕ ਹੈ ਠੀਕ ਹੈ ਨਾ। ਜਦੋਂ ਅਸੀਂ ਲਿਆ ਕੇ ਬਿਠਾ ਦਿੰਦੇ ਹਾਂ, ਉਹ ਸਮਝ ਲਓ ਕਿ ਅਸੀਂ ਇਹਨੂੰ ਪ੍ਰਮੋਟ ਕਰ ਰਹੇ ਹਾਂ, ਚਾਹੇ ਕੋਈ ਵੀ ਮੀਡੀਆ ਹੈ, ਉਹ ਲੱਗਦਾ ਕਿ ਅਸੀਂ ਉਸ ਬੰਦੇ ਨੂੰ ਪ੍ਰਮੋਟ ਕਰ ਰਹੇ, ਉਹਦੀ ਸਪੋਰਟ ਕਰ ਰਹੇ ਹਾਂ। ਏਦਾਂ ਨਹੀਂ ਕਰਨਾ ਚਾਹੀਦਾ, ਜੇਕਰ ਤੁਸੀਂ ਏਦਾਂ ਦੀ ਕੋਈ ਗੱਲ ਹੁੰਦੀ ਹੈ ਉਹਦੀ ਡਿਬੇਟ ਕਰਾਓ, ਬਰਾਬਰ ਦੇ ਉਧਰੋਂ ਵੀ ਬੰਦੇ ਲੈ ਕੇ ਆਓ ਜਿਨ੍ਹਾਂ ਨਾਲ ਹੈਪਨ ਹੋਇਆ, ਦੂਸਰੇ ਬੰਦੇ ਵੀ ਲੈ ਕੇ ਆਓ ਜਿਨ੍ਹਾਂ ਨਾਲ ਗੱਲ ਹੋਈ, ਸੋ ਸਾਰਿਆਂ ਨੂੰ ਬਰਾਬਰ ਬਿਠਾ ਕੇ, ਤੇ ਜਿਹੜਾ ਮੀਡੀਆ ਉਹਨੂੰ ਨਿਊਟਰਲ ਰਹਿਣਾ ਚਾਹੀਦਾ, ਹਰ ਇੱਕ ਦੀ ਗੱਲ ਸੁਣਨੀ ਚਾਹੀਦੀ, ਬਰਾਬਰ ਟਾਈਮ ਦੇਣਾ ਚਾਹੀਦਾ ਤਾਂ ਜੋ ਸੱਚ ਦਾ ਸੱਚ ਤੇ ਝੂਠ ਦਾ ਝੂਠ ਸਾਹਮਣੇ ਆ ਸਕੇ। ਗੁਰਚਰਨ ਸਿੰਘ ਜੀ ਬਹੁਤ ਬਹੁਤ ਧੰਨਵਾਦ, ਆਖਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਤੁਹਾਡੇ ਮਨ ਚ ਹੋਵੇ ਮੈਂ ਆਹ ਦਰਸ਼ਾਂ ਨਾਲ ਜ਼ਰੂਰ ਸਾਂਝੀ ਕਰਨੀ ਆ ਤੇ ਉਹ ਕਰ ਸਕਦੇ ਹੋ। ਮੈਂ ਸਿਰਫ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਦੇਖੋ ਸ਼ਬਦ ਗੁਰੂ ਦਾ ਧਿਆਨ ਰੱਖੋ, ਸ਼ਬਦ ਗੁਰੂ ਪੜ੍ਹੋ, ਕਿਸੇ ਦੇ ਪਿੱਛੇ ਲੱਗਣ ਦੀ ਜ਼ਰੂਰਤ ਨਹੀਂ, ਜਿੰਨੇ ਚਿਰ ਤੁਸੀਂ ਆਪ ਵੀ ਇੱਕ ਬੜੇ ਚੰਗੇ, ਹਰ ਇੱਕ ਬੰਦਾ ਇੱਕ ਚੰਗਾ ਪ੍ਰਚਾਰਕ ਆ, ਚੰਗਾ ਗ੍ਰੰਥੀ ਆ, ਚੰਗਾ ਕੀਰਤਨੀ ਆ ਵੀ ਆ, ਸਾਨੂੰ ਆਪਣੇ ਆਪ ਤੇ ਖੋਜਣਾ ਪਵੇਗਾ, ਆਪ ਬਣਨਾ ਪਵੇਗਾ। ਜੇਕਰ ਅਸੀਂ ਕਿਸੇ ਦੀਆਂ ਗੱਲਾਂ ਤੇ ਲਗਾਂਗੇ ਤਾਂ ਜਿਹੜਾ ਸਿੱਖ ਕੌਮ ਹੈ ਜਾਂ ਸਾਡਾ ਧਰਮ ਹੈ ਥੋੜੀ ਜਿਹੀ ਦੁਬਤਾ ਚ ਨਾ ਪਿਆ ਪੈ ਜਾਵੇ। ਇਸ ਕਰਕੇ ਸਾਨੂੰ ਹਰ ਇੱਕ ਗੱਲ ਨੂੰ ਬੜੀ ਸੋਚ ਵਿਚਾਰ ਕੇ ਸਮਝ ਕੇ ਕਰਨੀ ਪਵੇਗੀ। ਸੋ ਮੇਰੀਆਂ ਤਾਂ ਇੰਨੀਆਂ ਕੀ ਬੇਨਤੀਆਂ ਨੇ ਕਿ ਤੁਸੀਂ ਸਾਰੇ ਸਮਝਦਾਰ ਹੀ ਨੇ, ਮੇਰੇ ਤੋਂ ਜ਼ਿਆਦਾ ਹੀ ਸਮਝਦਾਰ ਨੇ ਕਿ। ਧੰਨਵਾਦ ਜੀ ਬਹੁਤ ਬਹੁਤ ਟਾਈਮ ਦੇਣ ਲਈ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।